ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੂਸੇਵਾਲਾ ਸਾਡਾ ਦੋਸਤ ਜਿਹਨੂੰ ਕਤਲ ਹੋਇਆ, ਜਿਹਦਾ ਇੱਕ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ, ਕਤਲ ਕੀਤਾ ਉਹਦਾ, ਉਹਦੇ ਮਾਂ ਬਾਪ ਪਿਛਲੇ 2.5 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਸ ਦਾ ਕਤਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਹੋਣ ਕਰਕੇ ਹੋਇਆ। ਸਿਕਿਉਰਿਟੀ ਜਦ ਵਾਪਸ ਲਈ ਮੁੱਖ ਮੰਤਰੀ ਨੇ, ਤਾਂ ਨਾਲ ਉਸਦੇ ਬੰਦਿਆਂ ਨੇ ਲੀਕ ਕੀਤੀ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ, ਕਾਤਲਾਂ ਨੇ ਆ ਕੇ ਮਾਰ ਦਿੱਤਾ। ਇਸ ਲਈ ਅੱਜ ਮੈਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਹੈ, ਉਸਨੇ ਬਿਆਨ ਦਿੱਤਾ ਹੈ ਕਿ ਮੂਸੇਵਾਲੇ ਦੀ ਮੌਤ, ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ। ਮੈਂ ਇਹ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ, ਉਸਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਅਤੇ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ, ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਇਸ ਗੱਲ ਦੀ ਟੋਟਲ ਇਨਵੈਸਟੀਗੇਸ਼ਨ ਹੋਵੇ। ਔਰ ਇਹ ਜਿਹੜੇ ਕਾਤਲ ਹੈ ਪੰਜਾਬ ਦਾ ਮੁੱਖ ਮੰਤਰੀ ਔਰ ਉਹਦੇ ਬੰਦੇ ਔਰ ਜਿਹੜੇ ਗੈਂਗਸਟਰਾਂ ਨੇ ਕਾਤਲ ਕੀਤਾ, ਇਹਨਾਂ ਦੀ ਕਿੰਨੀ ਮਿਲੀ ਭੁਗਤ ਹੈ ਇਸ ਦੇ ਕੇਸ ਦੇ ਵਿੱਚ, ਉਸ ਨੂੰ ਸਾਹਮਣੇ ਲਿਆਂਦਾ ਜਾਵੇ। SIT ਇਸ ਗੱਲ ਦੀ ਤਹਿਕੀਕਾਤ ਕਰੇ ਔਰ ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ, ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ, ਉਹਦੇ ਮਾਤਾ ਪਿਤਾ ਜਿਹੜੇ ਵਿਲਕਦੇ ਫਿਰਦੇ ਹੈ, ਜਿਨ੍ਹਾਂ ਦਾ ਹੀਰੇ ਵਰਗਾ ਪੁੱਤ ਮਾਰਿਆ ਗਿਆ, ਪੰਜਾਬ ਦਾ ਇੱਕ ਬਹੁਤ ਹੀ ਵਧੀਆ ਸਿੰਗਰ ਮਾਰਿਆ ਗਿਆ, ਇੱਕ ਚੰਗਾ ਕ੍ਰਾਂਤੀਕਾਰੀ ਸੋਚ ਵਾਲਾ ਬੰਦਾ ਮਾਰਿਆ ਗਿਆ, ਉਹਦਾ ਜਿਹੜਾ ਇਨਸਾਫ ਮਿਲ ਸਕੇ। ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੂਸੇਵਾਲਾ ਸਾਡਾ ਦੋਸਤ ਜਿਹਨੂੰ ਕਤਲ ਹੋਇਆ, ਜਿਹਦਾ ਇੱਕ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ, ਕਤਲ ਕੀਤਾ ਉਹਦਾ, ਉਹਦੇ ਮਾਂ ਬਾਪ ਪਿਛਲੇ 2.5 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਸ ਦਾ ਕਤਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਹੋਣ ਕਰਕੇ ਹੋਇਆ। ਸਿਕਿਉਰਿਟੀ ਜਦ ਵਾਪਸ ਲਈ ਮੁੱਖ ਮੰਤਰੀ ਨੇ, ਤਾਂ ਨਾਲ ਉਸਦੇ ਬੰਦਿਆਂ ਨੇ ਲੀਕ ਕੀਤੀ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ, ਕਾਤਲਾਂ ਨੇ ਆ ਕੇ ਮਾਰ ਦਿੱਤਾ। ਇਸ ਲਈ ਅੱਜ ਮੈਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਹੈ, ਉਸਨੇ ਬਿਆਨ ਦਿੱਤਾ ਹੈ ਕਿ ਮੂਸੇਵਾਲੇ ਦੀ ਮੌਤ, ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ। ਮੈਂ ਇਹ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ, ਉਸਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਅਤੇ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ, ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਇਸ ਗੱਲ ਦੀ ਟੋਟਲ ਇਨਵੈਸਟੀਗੇਸ਼ਨ ਹੋਵੇ। ਔਰ ਇਹ ਜਿਹੜੇ ਕਾਤਲ ਹੈ ਪੰਜਾਬ ਦਾ ਮੁੱਖ ਮੰਤਰੀ ਔਰ ਉਹਦੇ ਬੰਦੇ ਔਰ ਜਿਹੜੇ ਗੈਂਗਸਟਰਾਂ ਨੇ ਕਾਤਲ ਕੀਤਾ, ਇਹਨਾਂ ਦੀ ਕਿੰਨੀ ਮਿਲੀ ਭੁਗਤ ਹੈ ਇਸ ਦੇ ਕੇਸ ਦੇ ਵਿੱਚ, ਉਸ ਨੂੰ ਸਾਹਮਣੇ ਲਿਆਂਦਾ ਜਾਵੇ। SIT ਇਸ ਗੱਲ ਦੀ ਤਹਿਕੀਕਾਤ ਕਰੇ ਔਰ ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ, ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ, ਉਹਦੇ ਮਾਤਾ ਪਿਤਾ ਜਿਹੜੇ ਵਿਲਕਦੇ ਫਿਰਦੇ ਹੈ, ਜਿਨ੍ਹਾਂ ਦਾ ਹੀਰੇ ਵਰਗਾ ਪੁੱਤ ਮਾਰਿਆ ਗਿਆ, ਪੰਜਾਬ ਦਾ ਇੱਕ ਬਹੁਤ ਹੀ ਵਧੀਆ ਸਿੰਗਰ ਮਾਰਿਆ ਗਿਆ, ਇੱਕ ਚੰਗਾ ਕ੍ਰਾਂਤੀਕਾਰੀ ਸੋਚ ਵਾਲਾ ਬੰਦਾ ਮਾਰਿਆ ਗਿਆ,
ਉਹਦਾ ਜਿਹੜਾ ਇਨਸਾਫ ਮਿਲ ਸਕੇ।